स्वागत है किसान वीरो तुहाडा यूट्यूब चैनल सदकडेरी फार्मिंग दे विच। किसान वीरो अज जिहड़ी वीडियो बना रहे हैं पिंड कोठे माला सिंह वाले ये जैतो तहसील ते फरीदकोट जिले दे कोठे है नेड़े दे पिंड दोस्तों न्यामी वाला भी रह जांदा जिहनूं आपां बैबल खुरद कहा जांदा। जैतो तो सड़क सीधी आउंदी है इन्हां कोठियां दे विच दी लंघदी अगे ते अज वीडियो जिहड़ी बना रहे उहदे च इक मझ बाई जी उहनां ने वकाऊ कीती है। इस घर दे विचों वी दोस्तों दूजी तीजी वीडियो बनाउण लगे हैं। घरेलू पशु वैसे घर दे विच रखदे आ वीर, पशु तुसीं देख सकदे हो चंगी गिनती दे विच है। जो कोई नवा पशु नवी झोटी तैयार हो जाए उदों कई वार इरादा बन जांदा है जिहड़े वड्डे पशुआं दे विचों कोई पशु वेचण दा। सो अज इन्हां ने मझ वकाऊ कीती है, डिटेल इहदे बारे बाई तों पुछदे आ, वीडियो नूं एंड तक देखो। जिहनूं पसंद आ जाए दोस्तों इत्थे आ के आप देख लो, आपदी तसल्ली करके तुसीं सौदा कर सकदे हो। आओ बाई नाल गल्लबात करदे हां। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਨਾਮ ਦੱਸੋ ਜੀ ਆਪਣਾ। ਸੁਖਪਾਲ ਸਿੰਘ। ਠੀਕ ਹੈ। ਅੱਛਾ ਇਹ ਮੱਝ ਆਪਣੀ ਕਰਦੀ ਹੈ ਜੀ? ਕਰਦੀ ਹੈ ਜੀ। ਕਿੰਨਵਾਂ ਸੂਆ ਸੂ? ਪੰਜਵਾਂ ਸੂਆ ਸੂ ਜੀ। ਪੰਜਵਾਂ ਸੂਆ ਸੂਣਾ, ਕਿੰਨੇ ਕੁ ਦਿਨ ਲੈ ਜੂ ਸੂਣ ਚ? ਇਹ 4-5 ਦਿਨ ਲੈ ਜੂਗੀ। ਠੀਕ ਹੈ। ਅੱਛਾ ਇਹਦਾ ਦੁੱਧ ਦਾ ਕੀ ਰਿਕਾਰਡ ਰਿਹਾ ਜੀ? ਦੁੱਧ ਦਾ ਜੀ 18 ਲੀਟਰ ਤੋਂ ਉੱਪਰ ਉੱਪਰ ਕੱਢਦੀ ਰਹੀ ਹੈ। 18 ਲੀਟਰ ਤੋਂ ਉੱਪਰ? ਅੱਛਾ ਕਿਤੇ ਚਵਾਈ ਚੂਈ ਵੀ ਪਸ਼ੂਆਂ ਦੀ ਕਰਾਉਣੇ ਜਾਂ ਨਹੀਂ ਕਰਾਉਣੇ? ਨਹੀਂ, ਵੈਸੇ ਘਰੇ ਹੀ ਚੂਈ। ਘਰੇ ਹੀ ਜੀ। ਠੀਕ ਹੈ। ਕੀ ਰੇਟ ਰੱਖਿਆ ਇਹਦਾ? ਇਹਦਾ 1-10 ਹੈ। 1,10,000 ਖੋਲੋ ਮੜਾ ਦੋਸਤੋ। ਇਸ ਘਰ ਦੇ ਵਿੱਚੋਂ ਇਹ ਚੌਥੀ ਪੰਜਵੀਂ ਵੀਡੀਓ ਹੈ। ਦੋ ਘਰ ਆ ਬਾਈ ਜੀ ਹੋਰਾਂ ਦੇ, ਪਰਲੇ ਪਾਸੇ ਵੀ ਤੁਹਾਨੂੰ ਇੱਕ ਬਰਾਂਡਾ ਦਿਸਦਾ ਹੋਣਾ। ਉੱਧਰ ਵੀ ਜੇ ਤੁਸੀਂ ਪਸ਼ੂ ਦੇਖੋ ਜਾ ਕੇ ਤਾਂ ਤੁਹਾਨੂੰ ਦਿਸਣਗੇ ਪਸ਼ੂ ਵੀ ਚੰਗੇ ਦੁੱਧ ਵਾਲੇ ਆ। ਉਹਨਾਂ ਵੀਡੀਓ ਦੇ ਵਿੱਚ ਵੀ ਦੁੱਧ ਦੱਸਦੇ ਰਹੇ ਆ ਬਾਈ ਜੀ ਹੋਰੀ, ਪਰ ਕਿਤੇ ਜਿਹੜਾ ਉਹ ਚਵਾਇਆ ਨਹੀਂ ਗਾ, ਮਤਲਬ ਮਿਲਕਿੰਗ ਨਹੀਂ ਕਿਤੇ ਵੀ ਕਰਵਾਈ। ਅਜੇ 5 ਦਿਨ ਲੈਂਦੀ ਆ ਵੱਡੇ ਢਾਂਚੇ ਦੀ ਮੱਝ। ਪੀ ਲੈਣ ਦਿਓ ਪਾਣੀ। ਹਵਾਨਾ ਦੋਸਤੋ ਹਜੇ ਥੋੜ੍ਹਾ ਜਿਹਾ ਢਿੱਲਾ, ਪਰ ਦਿਨ ਜਿਹੜੇ ਰਹਿੰਦੇ ਆ ਉਹਦੇ ਕਰਕੇ ਲੱਗਦਾ ਵੀ ਇਹ ਪੂਰਾ ਭਰ ਜੂਗੀ। ਬਾਕੀ ਗਰਮੀ ਦੀ ਰੁੱਤ ਹੈ, ਪਸ਼ੂ ਜਿਹਨੇ ਖਰੀਦਣਾ ਤਸੱਲੀ ਹਰੇਕ ਪੱਖ ਤੋਂ ਦੱਸੋ, ਤੁਸੀਂ ਆਪ ਆ ਕੇ ਕਰਨੀ ਹੈ। ਮੇਰਾ ਕੰਮ ਤੁਹਾਨੂੰ ਪਸ਼ੂ ਦਿਖਾਉਣ ਦਾ, ਇਨਫੋਰਮੇਸ਼ਨ ਜਿਹੜੀ ਆ ਪਸ਼ੂਆਂ ਦੇ ਸੰਬੰਧੀ ਉਹ ਸਾਰੀ, ਜਿਹੜਾ ਪਸ਼ੂਆਂ ਦਾ ਮਾਲਕ ਹੁੰਦਾ ਉਹ ਦੱਸਦਾ, ਰੇਟ ਵੀ ਉਹਨੇ ਆਪਦੀ ਮਰਜ਼ੀ ਦਾ ਕਰਨਾ ਹੁੰਦਾ। ਸੋ ਇਹ ਮੱਝ ਵਿਕਾਊ ਹੈ, ਜਦੋਂ ਇਹਨੇ ਪਾਣੀ ਪੀ ਲਿਆ ਦੁਬਾਰਾ ਫਿਰ ਤੁਹਾਨੂੰ ਤੋਰ ਕੇ ਜੋ ਵਾਪਸ ਜਾਊਗੀ ਦਿਖਾ ਦਿਆਂਗੇ। ਇੱਕ ਵਾਰ ਦੋਨਾਂ ਸਾਈਡ ਤੋਂ ਤੁਹਾਨੂੰ ਦਿਖਾ ਦਿੰਦਾ। ਚੰਗੀ ਸੰਭੀ ਵੀ ਹੈ, ਸੋਹਣੀ ਸੰਭਾਲ ਬਾਈ ਨੇ ਕੀਤੀ ਹੈ। ਅਤੇ ਦੋਸਤੋ ਪੰਜਵਾਂ ਸੂਆ ਦੱਸਦੇ ਆ ਵੀ ਇਹ ਸੂਣ ਲੱਗੀ ਹੈ। ਸੋ ਦੋਸਤੋ ਇਹ ਮੱਝ ਵਿਕਾਊ ਆ, ਜਿਹੜਾ ਵੀਰ ਪਸੰਦ ਕਰੇ ਆ ਕੇ ਦੇਖ ਸਕਦਾ, ਉਹਦੀ ਤਸੱਲੀ ਕਰਕੇ ਤੁਸੀਂ ਸੌਦਾ ਕਰ ਸਕਦੇ ਹੋ। ਨੰਬਰ ਸਕਰੀਨ 'ਤੇ ਲੱਗਾ। ਧੰਨਵਾਦ ਵੀਡੀਓ ਦੇਖਣ ਵਾਸਤੇ।